ਸਤਿ ਸ੍ਰੀ ਅਕਾਲ ਕੁਦਰਤ ਨੂੰ ਪਿਆਰ ਕਰਨ ਵਾਲਿਓ ਅੱਜ ਆਪਾਂ ਮਹਾਰਾਜ ਤੋਂ ਸਧਾਣੇ ਨੂੰ ਜਿਹੜਾ ਰੋਡ ਜਾਂਦਾ ਤੇ ਆਪਾਂ ਉਹਤੇ ਪਾਣੀ ਦੀ ਸੇਵਾ ਕਰੀ ਜਾਂਦੇ ਹਾਂ ਅੱਜ ਰੁੱਖਾਂ ਨੂੰ ਪਾਣੀ ਦੇਈ ਜਾਂਦੇ ਹਾਂ ਅਤੇ ਰੁੱਖ ਪਾਣੀ ਮੰਗੀ ਜਾਂਦੇ ਸੀ ਅਤੇ ਅੱਜ ਪਾਣੀ ਦੇਣਾ ਉਹਨਾਂ ਨੂੰ ਬਹੁਤ ਜ਼ਰੂਰੀ ਸੀ ਅਤੇ ਤੁਹਾਨੂੰ ਦਿਖਾਉਣਾ ਆਪਾਂ ਕਿੱਥੋਂ ਲੱਗੇ ਹਾਂ ਉਹਨਾਂ ਨੂੰ ਪਾਣੀ ਦੇਣ ਅਤੇ ਆਪਾਂ ਸਧਾਣਾ ਪਿੰਡ ਦੀ ਜਮ੍ਹਾਂ ਹੱਦ ਤੱਕ ਜਾਣਾ 3 ਕਿਲੋਮੀਟਰ ਆ ਇੱਕ ਪਾਸਾ 6 ਕਿਲੋਮੀਟਰ ਆਪਾਂ ਪਾਣੀ ਪਾਉਣਾ ਤੁਹਾਨੂੰ ਦਿਖਾਉਣਾ ਮੈਂ ਉੱਧਰ ਜਾ ਕੇ ਉਹ ਜਿੱਥੇ ਟਰੀ ਗਾਰਡ ਲੱਗੇ ਹੋਇਆ ਨਾ ਹਨਾ ਆਪਾਂ ਉੱਥੋਂ ਸਟਾਰਟ ਕੀਤਾ ਅਤੇ ਸਟਾਰਟਿੰਗ ਦੇ ਟਰੀ ਗਾਰਡ ਆ ਗਏ ਫਿਰ ਪਿੰਡ ਦੇ ਕੋਲ ਅਤੇ ਆਪਾਂ ਨਹਿਰ ਟੱਪ ਜਾਣੀ ਆ ਹੌਲੀ ਹੌਲੀ ਪਾਣੀ ਪਾਉਂਦੇ 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 ਨਹਿਰ ਟੱਪ ਜਾਵਾਂਗੇ ਅਤੇ ਨਹਿਰ ਹੈਗੀ ਇੱਥੇ 2.5 ਕਿਲੋਮੀਟਰ ਅਤੇ 1.5 ਕਿਲੋਮੀਟਰ ਗਾਂਹ ਰੁੱਖ ਲੱਗੇ ਹੋਏ ਨੇ ਪੁੱਲ ਤੋਂ 3 ਕਿਲੋਮੀਟਰ ਏਰੀਆ ਹੋ ਗਿਆ ਇਹ ਲੰਮਾ ਦੋਵੇਂ ਪਾਸੇ ਮਲਾਈ ਤਾਂ 6 ਕਿਲੋਮੀਟਰ ਹੋ ਗਿਆ ਸ਼ਾਮ ਤੱਕ ਆਪਣੇ ਇੱਥੇ ਪਾਣੀ ਪਊਗਾ ਅੱਜ ਸ਼ਾਮ ਤੱਕ ਜੇ ਨਿਬੜ ਜੇ ਤਾਂ ਵਧੀਆ ਗੱਲ ਆ ਰੁੱਖ ਸਾਰੇ ਚੱਲ ਪਏ ਵਧੀਆ ਅਤੇ ਆਹ ਦੇਖੋ ਨਵੇਂ ਪੱਤੇ ਨਿਕਲੇ ਵੇ ਨਿੱਕੇ ਨਿੱਕੇ ਨਵੇਂ ਪੱਤੇ ਨੇ ਸਾਰੇ ਅਤੇ ਇੱਧਰਲੇ ਪਾਸੇ ਟਾਹਲੀਆਂ ਜਿਹੜੀਆਂ ਲਾਈਆਂ ਉਹ ਵੀ ਸਾਰੀਆਂ ਚੱਲੀਆਂ ਹੋਈਆਂ ਨੇ ਬਸ ਹੁਣ ਆਹੀ 1.5-2 ਮਹੀਨੇ ਜੇ ਆਪਾਂ ਇਹਨਾਂ ਦੀ ਵਧੀਆ ਸੰਭਾਲ ਕਰ ਲਈ ਫਿਰ ਰੁੱਖ ਮਾਰ ਨਹੀਂ ਖਾਂਦੇ ਸੰਭਾਲ ਕਰਨੀ ਬਸ 1.5-2 ਮਹੀਨੇ ਬਹੁਤ ਜ਼ਰੂਰੀ ਹੈ ਵੀ ਆਹ ਟਾਹਲੀ ਜਿਵੇਂ ਵਧੀਆ ਚੱਲੀ ਪਈ ਆ ਬਾਅਦ ਅੱਜ ਦੂਜਾ ਦਿਨ ਆ ਅਤੇ ਅੱਜ ਆਪਾਂ ਫਿਰ ਮਹਾਰਾਜ ਤੋਂ ਸਧਾਣਾ ਰੋਡ 'ਤੇ ਜਾਂਦੇ ਹਾਂ ਅਤੇ ਆਪਣੇ ਆਸੇ 'ਚ ਡੀਜ਼ਲ ਡੂਜ਼ਲ ਪਾਈ ਜਾਂਦੇ ਹਾਂ ਅਤੇ ਆਪਾਂ ਡੀਜ਼ਲ ਲਿਆਂਦਾ ਅਤੇ ਡੀਜ਼ਲ ਘੱਟ ਸੀ ਇਹਦੇ 'ਚ ਮੈਂ ਕਿਹਾ ਚਲੋ ਪੰਪ 'ਤੇ ਹੀ ਲੈ ਕੇ ਜਾਣਾ ਆਪਾਂ ਢੋਲੀ ਭਰਾ ਲਿਆਉਣੀ ਇਹ 'ਚ ਡੀਜ਼ਲ ਪਾ ਕੇ ਅਤੇ ਆਪਾਂ ਹੁਣ ਹੈਗੇ ਗਊਸ਼ਾਲਾ 'ਚ ਖੜਾ ਦੇਈਦਾ ਰਾਤ ਨੂੰ ਅਤੇ ਉੱਧਰ ਟੈਂਕੀ ਖੜੀ ਆਪਣੀ ਪਿੱਛੇ ਟੈਂਕੀ ਪਾ ਕੇ ਉੱਤੇ ਟਾਹਲੀਆਂ ਰੱਖ ਕੇ ਅਤੇ ਪਾਣੀ ਦੀ ਭਰ ਕੇ ਅਤੇ ਚੱਲਦੇ ਹਾਂ ਆਪਾਂ ਮਹਾਰਾਜ ਤੋਂ ਸਧਾਣਾ ਰੋਡ 'ਤੇ ਅਤੇ ਪਰਮਾਤਮਾ ਦੀ ਕਿਰਪਾ ਬਣਾਈ ਰੱਖੇ ਆਈ ਸੇਵਾ ਕਰਦੇ ਰਹੀਏ ਅਤੇ ਇੱਕ ਨਾ ਮਹਾਰਾਜ ਤੋਂ ਜਿਹੜੀ ਸਧਾਣਾ ਰੋਡ 'ਤੇ ਰੁੱਖ ਲਾਏ ਨੇ ਉਹ 'ਚ ਘਾਰੇ ਵਾਲੇ ਪੈਂਦੇ ਆ ਜਿਹੜੇ ਘਾਰੇ ਪੈਂਦੇ ਉੱਥੇ ਚੂਹਿਆਂ ਦੀਆਂ ਖੱਡਾਂ ਨੇ ਹੈ ਨਾ ਚੂਹਿਆਂ ਦੀਆਂ ਖੱਡਾਂ ਜਦੋਂ ਭਰਦੇ ਹਾਂ ਘਾਰੇ ਭਰਦੇ ਹਾਂ ਟਾਈਮ ਬਾਹਲਾ ਲੱਗ ਜਾਂਦਾ ਠੀਕ ਹੈ ਨਾ ਜਿਹੜੀ ਸੜਕ ਉੱਚੀ ਆ ਗਈ ਬਾਹਾਂ ਤੋਂ ਹੁਣ ਚੂਹੇ ਉੱਤੇ ਥਾਂ 'ਤੇ ਬਾਹਲੇ ਆਉਂਦੇ ਨੇ ਇਸ ਕਰਕੇ ਉੱਥੇ ਟਾਈਮ ਬਹੁਤ ਲੱਗਦਾ ਪਾਣੀ ਪਾਉਣ 'ਤੇ ਹੈ ਨਾ 2 ਦਿਨ ਲੱਗ ਜਾਂਦੇ ਆ ਪਾਣੀ ਪਾਉਣ 'ਤੇ ਜੇ ਆਪਾਂ ਦੇਖੀਏ 3 ਸੜਕਾਂ 'ਤੇ ਹੈ ਨਾ ਮਹਾਰਾਜ ਤੋਂ ਪੂਲ ਮਹਾਰਾਜ ਤੋਂ ਰਾਮਪੁਰਾ ਫੂਲ ਮਹਾਰਾਜ ਤੋਂ ਸਧਾਣਾ ਜਿਹੜੀ ਮਹਾਰਾਜ ਤੋਂ ਰਾਮਪੁਰਾ ਫੂਲ ਆ ਉਹਦੇ 'ਚ 2 ਦਿਨ ਤੋਂ ਵੱਧ ਲੱਗਦੇ 2.5 ਦਿਨ ਲੱਗਦੇ ਨੇ ਅਤੇ ਇੱਧਰ 1 ਦਿਨ ਲੱਗਦਾ ਫੂਲ ਅਤੇ ਇੱਧਰ 2 ਦਿਨ ਸਧਾਣੇ ਵਾਲੀ 'ਤੇ 2-3 ਦਿਨ 4-5 5.5 ਦਿਨ ਤੋਂ 6 ਦਿਨਾਂ ਦੇ ਵਿਚਕਾਰ ਇਕੱਲੇ ਪਾਣੀ ਪਾਉਣ 'ਤੇ ਲੱਗਦਾ ਠੀਕ ਹੈ ਟਰੈਕਟਰ ਜੇ 2 ਟਰੈਕਟਰ 2 ਟੈਂਕੀਆਂ ਠੀਕ ਆ ਫਿਰ ਥੋੜ੍ਹਾ ਜਿਹਾ ਘੱਟ ਲੱਗੇ 2 ਟਰੈਕਟਰ 2 ਟੈਂਕੀਆਂ ਹੋਣੀਆਂ ਜ਼ਰੂਰੀ ਨੇ ਸਾਡੇ ਕੋਲ ਟਰੈਕਟਰ ਵੀ 1 ਹੁੰਦਾ ਟੈਂਕੀ ਵੀ 1 ਹੁੰਦੀ ਹੈ ਤਾਂ ਕਰਕੇ ਟਾਈਮ ਬਾਹਲਾ ਲੱਗ ਜਾਂਦਾ ਹੈ 2 ਟਰੈਕਟਰ ਹੋਣੇ ਚਾਹੀਦੇ ਨੇ ਭਰਾਵਾਂ ਦੇ ਟਰੈਕਟਰ ਬਿਜੀ ਹੁੰਦੇ ਨੇ ਅਤੇ ਇਸ ਕਰਕੇ ਫਿਰ ਹੁਣ ਟਰੈਕਟਰ ਵੀ ਹਰੇਕ ਬੰਦਾ ਨਹੀਂ ਲਿਆ ਸਕਦਾ ਤਾਂ ਕਰਕੇ ਵਾਰੀ ਵਾਰੀ ਟਰੈਕਟਰ ਦੀ ਉਹ ਕਰੀ ਜਾਂਦੇ ਹਾਂ ਚਲੋ ਕਈ ਭਰਾ ਨਹੀਂ ਗਰੇਜ ਕਰਦੇ ਹਨ ਟਰੈਕਟਰ ਦੇਣ ਤੋਂ ਨਹੀਂ ਦਿੰਦੇ ਚਲੋ ਪਰਮਾਤਮਾ ਉਹਨਾਂ ਦਾ ਵੀ ਭਲਾ ਕਰੇ ਸੇਵਾ ਕੀ ਇਹ ਭਰਾਓ ਐਂ ਪਿੱਛੇ ਨਾ ਹਟਿਆ ਕਰੋ ਅਤੇ ਊਂ ਕਿਹੜਾ ਕੋਈ ਆਪਣੇ ਟਰੈਕਟਰ ਟਰਾਲੀ ਊਂ ਕਿਹੜਾ ਘਸਰੇ ਨਹੀਂ ਹੈਗੇ ਹੈ ਨਾ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਆਕਸੀਜਨ ਮਿਲਣੀ ਹੈਗੀ ਆਪਾਂ ਸਧਾਣਾ ਰੋਡ 'ਤੇ ਪਾਣੀ ਪਾਉਣ ਆ ਗਏ ਜੀ ਅਤੇ ਇੱਥੇ ਆ ਚਰੀ ਬੀਜੀ ਵੀ ਇੱਥੇ ਕਿਸੇ ਦੀ ਅਤੇ ਆਹ ਜਿਹੜੇ ਟੋਏ ਨੇ ਟੋਏ ਢਾਏ ਪਏ ਨੇ ਇਹ ਚਲੋ ਕੋਈ ਨਹੀਂ ਅਤੇ ਇੱਕ ਜਿਵੇਂ ਆਹ ਟੱਕ ਜੀ ਗਾਂਹ ਮਾਰੇ ਪਏ ਨੇ ਹੈ ਨਾ ਅਤੇ ਭਰਾਵੋ ਐਂ ਨਾ ਕਰਿਆ ਕਰੋ ਥੋੜ੍ਹਾ ਜਿਹਾ ਸੜਕ ਨੂੰ ਵੀ ਥਾਂ ਛੱਡ ਦਿਆ ਕਰੋ ਅਤੇ ਐਂ ਆਪਾਂ ਇੰਨੇ ਨਾ ਤਾਂ ਫਿਰ ਢੇਡੀ ਨਹੀਂ ਭਰਨਾ ਹੈ ਨਾ ਅਤੇ ਆਹ ਦੇਖੋ ਟੋਏ ਜਿਵੇਂ ਢਾਏ ਪਏ ਨੇ ਹੁਣ ਟੋਏ ਦੁਬਾਰੇ ਕਰਾਂਗੇ ਆਪਾਂ ਪਹਿਲਾਂ ਆਪਣਾ ਟਰੈਕਟਰ ਉਹ ਕਿਹੜਾ ਟਰੈਕਟਰ ਕਰਤਾ ਬੰਦ ਪਹਿਲਾਂ ਟੋਏ ਕਰ ਲਈਏ ਆਪਾਂ ਫਿਰ ਨਾਲ ਟਰੈਕਟਰ ਤੋਰਾਂਗੇ ਅਤੇ ਸਾਰੇ ਟੋਏ ਆਹ ਦੇਖੋ ਜਮ੍ਹਾਂ ਹੀ ਢਾਏ ਪਏ ਨੇ ਇਹ ਐਂ ਆਪਾਂ ਗੇੜਾ ਮਾਰਦੇ ਰਹੀਏ ਨਾ ਐਂ ਪਤਾ ਲੱਗ ਜਾਂਦਾ ਫਿਰ ਹੁਣ ਜੇ ਇਹਨੂੰ ਪਾਣੀ ਨਾ ਪੈਂਦਾ ਇਹਨਾਂ ਬੂਟਾ ਮੱਚ ਜਾਂਦਾ ਹੈ ਨਾ ਅਤੇ ਐਂ ਗੇੜਾ ਮਾਰਦੇ ਰਹੀਏ ਸਾਰਾ ਫਿਰ ਜਾਣਕਾਰੀ ਸਾਰੀ ਆਪਾਂ ਨੂੰ ਮਿਲਦੀ ਰਹਿੰਦੀ ਆ ਅਤੇ ਫਿਰ ਬੂਟੇ ਦੀ ਉਵੇਂ ਸਾਂਭ ਸੰਭਾਲ ਹੋ ਜਾਂਦੀ ਹੈ ਇੱਕ ਟੈਂਕੀ ਆ ਸੀ ਅਤੇ ਇੱਕ ਟੈਂਕੀ ਆਪਣੀ ਉਹ ਹੁੰਦੀ ਆਪਾਂ ਵਾਟਰ ਵਾਸਤੇ ਟੈਂਕੀ ਭਰਨਾ ਆ ਅਤੇ ਦੋਨੇ ਟੈਂਕੀਆਂ ਭਰ ਕੇ ਆਪਾਂ ਰਾਮਪੁਰਾਪੁਰ ਰੋਡ 'ਤੇ ਚੱਲਦੇ ਅਤੇ ਆਪਣਾ ਸਧਾਣਾ ਰੋਡ 'ਤੇ ਪਾਣੀ ਦੀ ਸੇਵਾ ਹੋ ਗਈ ਸੀ ਅਤੇ ਚੱਲੀਏ ਫਿਰ ਆਪਾਂ ਉੱਧਰ ਨੂੰ ਉੱਥੇ ਅੱਜ ਤਾਂ ਉੱਥੇ ਮੈਨੂੰ ਲੱਗਦਾ ਰਾਤ ਹੀ ਹੋ ਜੂਗੀ ਅਤੇ ਉੱਥੇ ਵੀ ਪਾਣੀ ਹੌਲੀ ਹੌਲੀ ਵੀ ਪੈਂਦਾ ਅਤੇ ਲਓ ਜੀ ਆਪਣੇ 4x4 ਟਰੈਕਟਰ ਤਿਆਰ ਨੇ ਕਿਵੇਂ
ਕੀ ਕਹਿੰਦਾ ਸੀ ਔਰ ਰਿਪੂ ਕੀ ਕਹਿੰਦਾ ਸੀ ਅੱਖਾਂ ਚਲਾਉਣਾ ਬਰਾਬੋ ਆ ਗਏ ਜੀ ਆਪਾਂ ਮਹਾਰਾਜ ਰਾਮ ਪ੍ਰਭੂ ਰੋਡ ਤੇ ਕਿਵੇਂ ਕਿਵੇਂ ਰਾਮਪਰੇ ਹੋਰ ਬੰਦੇ ਘੱਟ ਆ ਗਏ ਆਉਂਦੇ ਘੱਟ ਆ ਸੇਵਾਦਾਰ ਸਾਰੇ ਆਇਆ ਕਰੋ ਭਰਾਵੋ ਆਹ ਦੇਖ ਲਓ ਹੁਣ ਇੱਕ ਬੰਦਾ ਨਾਲ ਉਹ ਕਰਦੇ ਆ ਇੱਥੋਂ ਤੇ ਇਕੱਠੇ ਤੁਰਾਂਗੇ ਆਪਾਂ ਤੇ ਸ਼ਾਮ ਤੱਕ ਪਾਣੀ ਪੈ ਜੇ ਪ੍ਰਮਾਤਮਾ ਕਿਰਪਾ ਕਰੇ ਤੇ ਗਰਮੀ ਵੀ ਬਹੁਤ ਆ ਉਹ ਦੇਖ ਲਓ ਪੱਤਾ ਮਸਾਂ ਹਿਲਦਾ ਆਪਾਂ ਇੱਕ ਸਾਈਡ ਅੱਜ ਕੰਪਲੀਟ ਕਰਨੀ ਕਰਨੀ ਆ ਬਸ ਸ਼ਾਮ ਤੱਕ ਕੋਸ਼ਿਸ਼ ਤਾਂ ਦੋਨਾਂ ਦੀ ਆ ਪਰ ਇੱਕ ਕਰਨੀ ਆ ਇਹ 7 ਕਿਲੋਮੀਟਰ ਏਰੀਆ ਉੱਥੋਂ ਤੱਕ ਉਹ ਵੀ ਪਿੱਛੇ ਟਰੈਕਟਰ ਲੱਗਿਆ ਹੁੰਦਾ ਵੀ ਆਪਣੇ ਭਰਾ ਕਹਿੰਦੇ ਸਾਰੇ ਵੀ ਇੱਕ ਲਾਈਨ 'ਚ ਹੀ ਲੱਗਦੇ ਆਪਾਂ ਵੀ ਗਾਂਹ ਦੀ ਗਾਂਹ ਹੀ ਤੁਰੇ ਜਾਵਾਂਗੇ ਵੀ ਕਰ ਇੱਕ ਸਾਈਡ ਕੰਪਲੀਟ ਹੋ ਜਾਏ ਛੇਤੀ ਬਸ ਪਾ ਦੇਣਾ ਪਾਣੀ ਪੂਰਾ ਨਵਾ ਦੇਣਾ ਬੂਟਿਆਂ ਨੂੰ ਦਿਖਾਉਣਾ ਨਵਾਈ ਜਾਂਦੇ ਆ ਆਹ ਦੇਖੋ ਪੂਰੇ ਨਹਾਈ ਜਾਂਦੇ ਆ ਸਾਰੇ ਬੂਟੇ ਆ ਉੱਥੋਂ ਤੱਕ ਆ ਵੀ ਸਾਰੀਆਂ ਟਾਲੀਆਂ ਦੀ ਨਹਾਈ ਤੋਂ ਹੋ ਜੂ ਕਿਵੇਂ ਲਓ ਬਈ ਹੋਰ ਬਾਈ ਚਲੋ ਜੀ ਚਲੋ 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 ਚੱਲ ਪੀਆਂ ਇੱਕ ਵਾਰੀ ਮੀਂਹ ਪਾ ਦੇਣਾ ਰੱਬ ਸਿਰਾ ਗੱਲਬਾਤ ਹੋ ਜੂ ਜਮਾਂ ਅਰਦਾਸਾਂ ਕਰੋ ਆਪਾਂ ਵੀ ਰੱਬਾ ਮੀਂਹ ਪਾ ਕੇ ਨਾ ਆਪਣੇ ਰੁੱਖ ਹੋਰ ਚੱਲਣ ਇਹ ਆਪਾਂ ਨੂੰ ਇੱਥੇ ਟੱਕਰ ਗਏ ਜੀ ਭੱਠੇ ਕੋਲੇ ਠੀਕ ਹੈ ਤੇ ਇਹ ਪਾਣੀ ਪਾਉਂਦੇ ਪਾਉਂਦੇ ਸਾਥੋਂ ਮੂਹਰੇ ਲੰਘ ਗਏ ਹੁਣ ਅਸੀਂ ਅੱਗੇ ਜਾਂਦੇ ਹਾਂਗੇ ਤੇ ਆਪਣਾ ਟਰੈਕਟਰ ਆ ਖੜਾ ਤੇ ਹੁਣ ਇੱਥੇ ਜਿਹੜਾ ਗੁਰਦੁਆਰਾ ਸਾਹਿਬ ਆਪਾਂ ਗੁਰਦੁਆਰੇ ਤੋਂ ਗਾਂਹ ਲੰਘ ਜਾਂਦੇ ਹਾਂ ਦੋ ਟਰੈਕਟਰ ਨਾਲ ਇਹ ਫਰਕ ਪੈਂਦਾ ਅੱਜ ਇੱਕ ਲਾਈਨ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਜੋੜੇ ਪੁਲਾਂ ਤੱਕ ਅੱਜ ਪਾਣੀ ਪਾ ਕੇ ਹਟਾਂਗੇ ਤੇ ਹਨੇਰਾ ਵੀ ਹੋ ਸਕਦਾ ਇਹ ਨਹੀਂ ਪਤਾ ਹਨੇਰੀ ਹੋ ਜੇ ਤੇ ਕੋਸ਼ਿਸ਼ ਤਾਂ ਚਲੋ ਹਨੇਰੇ ਤੋਂ ਪਹਿਲਾਂ ਕਰਨੀ ਚਾਹੀਦੀ ਆ ਕਿਉਂਕਿ ਘਾਹ ਫੂਸ ਆ ਇੱਥੇ ਹੁਣ ਜਿਵੇਂ ਕਈ ਵਾਰੀ ਕੋਈ ਸੱਪ ਸੁੱਪ ਬੈਠਾ ਹੁੰਦਾ ਲੜਨ ਦਾ ਡਰ ਆ ਇਸ ਕਰਕੇ ਹਨੇਰੇ ਤੋਂ ਪਹਿਲਾਂ ਕੰਮ ਮੁਕਾਉਣ ਦੀ ਆਪਾਂ ਕੋਸ਼ਿਸ਼ ਕਰਾਂਗੇ ਵੀ ਹਨੇਰੇ ਤੋਂ ਪਹਿਲਾਂ ਸੇਵਾ ਜਿਹੜੀ ਸਮਾਪਤ ਹੋ ਜੇ ਤੇ ਚਲੋ ਚੱਲਦੇ ਹਾਂ ਜੀ ਫਿਰ ਹੁਣ ਆਪਾਂ ਅੱਗੇ ਨੂੰ ਵੱਧਦੇ ਹਾਂ ਹਾਂਜੀ ਆਪਾਂ ਰੁੱਖਾਂ ਨੂੰ ਪਾਣੀ ਪਾਉਂਦੇ ਪਾਉਂਦੇ ਜਿਵੇਂ ਰਾਮਪਰਾ ਫੂਲ ਦੀ ਹੱਦ ਤੋਂ ਮੁੜ ਕੇ ਤੇ ਅਸੀਂ ਆਖਿਆ ਚਲੋ ਟੈਂਕੀਆਂ ਖਾਲੀ ਕਰ ਦਈਏ ਇੱਕ ਵਾਰ ਟੈਂਕੀਆਂ ਖਾਲੀ ਕਰਤੀ ਪਰ ਉੱਧਰ ਨੂੰ ਪਾਉਂਦੇ ਇੱਧਰਲੀ ਪਾਸੇ ਪਾਉਣ ਲੱਗ ਗਏ ਸੀਗੇ ਠੀਕ ਹੈ ਤੇ ਉਹ ਸਾਹਮਣੇ ਰਾਮਪਰਾਫੂਲ ਆ ਗਿਆ ਉਹ ਦੇਖੋ ਸਾਹਮਣੇ ਸ਼ਹਿਰ ਆ ਗਿਆ ਤੇ ਆਪਾਂ ਹੁਣ ਪਿੰਡ ਨੂੰ ਚੱਲਦੇ ਹਾਂ ਜੀ ਟਾਈਮ ਕਿੰਨਾ ਹੋ ਗਿਆ ਟਾਈਮ ਹੋ ਗਿਆ 6:30 ਹੋ ਗਏ ਲਓ ਜੀ ਟਾਈਮ ਹੋ ਗਿਆ 6:30 ਟਾਈਮ ਹੋ ਗਿਆ 6:30 ਆਪਾਂ ਹੁਣ ਚੱਲੇ ਹਾਂ ਘਰਾਂ ਨੂੰ ਤੇ ਉੱਧਰ ਦੇਖੋ ਸੂਰਜ ਵੀ ਜਮਾਂ ਲਾਲੀਆਂ ਦਿਖਾਉਣ ਲੱਗ ਗਿਆ ਤੇ ਇਸ ਵੇਲੇ ਥੋੜ੍ਹੀ ਜਿਹੀ ਬਚਤ ਜੀ ਰੱਖਣੀ ਪੈਂਦੀ ਹੈਗੀ ਥੋੜ੍ਹਾ ਜਿਹਾ ਨਾ ਕਈ ਵਾਰ ਕੋਈ ਜਾਨਵਰ ਬੈਠਾ ਹੁੰਦਾ ਘਾਹ ਫੂਸ ਦੇ 'ਚ ਤੇ ਆਪਾਂ ਹੁਣ ਟੋਏ ਵੀ ਕਰਨੇ ਇੱਕ ਵਾਰ ਬਸ ਪਾਣੀ ਪੂਰਾ ਕਰ ਲਈ ਤੋਂ ਬਾਅਦ ਟੋਏ ਕਰਨ ਲੱਗਾਂਗੇ ਤੇ ਕਿਉਂ ਜੀ ਚੱਲੀਏ ਘਰੇ ਤੇ ਇੱਕ ਗੱਲ ਹੋਰ ਤੁਹਾਨੂੰ ਦੱਸਦੇ ਹਾਂ ਅਸੀਂ 4 ਜਣੇ ਰਹਿ ਗਏ ਆਹ 3 ਤੇ ਇੱਕ ਮੈਂ ਸੀ 4 ਜਣੇ ਰਹਿ ਗਏ ਤੇ ਬਾਕੀ ਸਾਰੇ ਜਣੇ 2 ਵਜੇ ਘਰੇ ਚਲੇ ਗਏ ਜੀ ਕਹਿੰਦੇ ਗਰਮੀ ਵਾਲੀ ਆ ਭਰਾਵੋ ਜੇ ਗਰਮੀ ਸੋਚੀ ਗਏ ਤਾਂ ਫਿਰ ਗਰਮੀ ਘਟੂਗੀ ਕਿਵੇਂ ਆਪਣੇ ਰੁੱਖ ਕਿਵੇਂ ਕਾਮਯਾਬ ਹੋਣਗੇ ਆਏ ਨਾ ਸੋਚਿਆ ਕਰੋ ਮੇਰਾ ਭਰਾ ਬਣ ਕੇ ਇੰਨਾ ਨਹੀਂ ਸੋਚੀਦਾ ਹੁੰਦਾ ਕਿ ਇੰਨੀ ਟੈਨਸ਼ਨ ਨਹੀਂ ਲਈਦੀ ਹੁੰਦੀ ਹੈ ਨਾ ਗਰਮੀ ਗੁਰਮੀ ਕੁਛ ਵੀ ਗੱਲਾਂ ਨਹੀਂ ਹੈਗੀਆਂ ਮੇਰੇ ਹਿਸਾਬ ਨਾਲ ਜਿਹੜਾ ਬੰਦਾ ਗਰਮੀ ਸਰਦੀ ਭੁੱਖ ਥਕਾਵਟ ਸਹਿ ਸਕਦਾ ਉਹ ਜ਼ਿੰਦਗੀ 'ਚ ਕੁਛ ਵੀ ਕਰ ਸਕਦਾ ਕੁਛ ਵੀ ਇਸ ਕਰਕੇ ਭਰਾਵੋ ਰੁੱਖਾਂ ਨੂੰ ਕਾਮਯਾਬ ਕਰਨਾ ਰੁੱਖਾਂ ਨੂੰ ਵੱਡੇ ਕਰਨਾ ਪੰਜਾਬ ਦਾ ਮੌਸਮ ਠੀਕ ਹੈ ਨਾ ਕੈਨੇਡਾ ਅਮਰੀਕਾ ਨਾਲੋਂ ਵੱਧ ਸੋਹਣਾ ਬਣਾਉਣਾ ਤਾਂ ਗਰਮੀ ਸਰਦੀ ਭੁੱਖ ਥਕਾਵਟ ਸਹਿਣੀ ਪਊਗੀ ਇਸ ਕਰਕੇ ਭਰਾ ਬਣ ਕੇ ਸਾਥ ਨਾਲ ਖੜਿਆ ਕਰੋ ਸਾਥ ਦੇ ਨਾਲ ਖੜਿਆ ਕਰੋ ਸਾਰੇ ਜਣੇ ਅਸੀਂ 4 ਹੀ ਰਹਿ ਗਏ ਤੇ ਗੇਟ ਵਾਲ ਹਨਾ ਇੱਕ ਮੁੰਡਾ ਗੇਟ ਵਾਲ ਬੰਦ ਕਰਦਾ ਸੀ ਇੱਕ ਛੱਡਦਾ ਸੀਗਾ ਤੇ ਉਹ ਚਲੇ ਗਏ ਤੇ ਗੇਟ ਵਾਲ ਬੰਦ ਕਰਨ ਛੱਡਣ ਵਾਲਾ ਠੀਕ ਆ ਹੁਣ ਫਿਰ ਆਪ ਹੀ ਪਾਣੀ ਪਾਇਆ ਆਪ ਹੀ ਗੇਟ ਵਾਲ ਛੱਡਿਆ ਤੇ ਇੱਕ ਟਰੈਕਟਰ ਚਲਾਉਣ ਵਾਲਾ ਹੁੰਦਾ ਸਾਡੇ ਨਾਲ ਅਸੀਂ ਰਹਿ ਗਏ 4 ਜਣੇ ਤੇ ਭਰਾ ਬਣ ਕੇ ਆਏ ਨਾ ਕਰਿਆ ਕਰੋ ਥੋੜ੍ਹਾ ਜਿਹਾ ਸੀਰੀਅਸ ਲਿਆ ਕਰੋ ਠੀਕ ਆ ਨਾ ਤੇ ਇਹ ਸਾਰਿਆਂ ਲਈ ਜ਼ਰੂਰੀ ਹੈਗਾ ਤੇ ਆਪਣਾ ਐਡਾ ਪਿੰਡ ਆ ਇਹ ਘੱਟੋ ਘੱਟ ਮਹਾਰਾਜ ਵਾਲਿਆਂ ਦਾ ਹੱਕ ਬਣਦਾ ਹੀ ਬਣਦਾ ਹੈਗਾ ਜਿਹੜੇ ਮਾੜੀ ਭੈਣੀ ਪੁੱਜੋ ਵਾਲਾ ਕਲੈਨ ਜਿਹੜੇ ਰਾਮਪਰਾਫੂਲ ਸ਼ਹਿਰ ਨੂੰ ਬਣਦਾ ਰਾਮਪਰਾਫੂਲ ਵਾਲਿਆਂ ਦਾ ਵੀ ਹੱਕ ਬਣਦਾ ਤੇ ਭਰਾਵੋ ਆਇਆ ਕਰੋ ਸੇਵਾ ਕਰਾਇਆ ਕਰੋ ਜਦੋਂ ਆਉਣੇ ਹੋ ਤਾਂ ਬਸ ਐਂ ਮਿਸ ਕਿਆ ਕਰੋ ਵੀ ਬਸ ਸ਼ਾਮ ਤੱਕ ਰਹਿਣਾ ਠੀਕ ਹੈ ਜੀ ਚਲੋ ਫਿਰ ਹੁਣ ਆਪਾਂ ਅਗਲੀ ਵੀਡੀਓ 'ਚ ਕਰਾਂਗੇ ਜੀ ਹੋਰ ਗੱਲਾਂ ਬਾਤਾਂ ਘਰੇ ਜਾ ਕੇ ਨਹਾਉਣੇ ਨਹੁਣੇ ਆ ਠੀਕ ਹੈ ਜੀ ਤੜਕੇ 'ਤੇ ਆਏ ਹੋਏ ਆਗੇ 8:30-9 ਵਜੇ ਦੇ ਆਏ ਹੋਏ ਆ ਅਤੇ ਥੋੜ੍ਹੀ ਜਿਹੀ ਭੁੱਖ ਵੀ ਲੱਗੀ ਪਈ ਆ ਕਿ ਘਰੇ ਜਾ ਕੇ ਰੋਟੀ ਰੂਟੀ ਖਾਂਦੇ ਆਗੇ ਕੱਲ੍ਹ ਨੂੰ ਫਿਰ ਆਪਾਂ 8:30-9 ਵਜੇ ਲੱਗਣਾ ਚਲੋ ਠੀਕ ਆ ਜੀ ਫਿਰ ਓਕੇ ਜੀ।